ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਭੈਣੋ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਇੰਪੋਰਟੈਂਟ ਗੱਲ ਕਰਨੀ ਆ ਪਲੀਜ਼ ਬੇਨਤੀ ਆ ਵੀਡੀਓ ਨੂੰ ਪੂਰਾ ਦੇਖਿਓ ਸੁਣਿਓ ਤੁਸੀਂ ਜਾਣਦੇ ਹੋ ਵੀ ਕੋਈ ਵੀ ਬੱਚਾ ਸਕੂਲ ਦੇ ਵਿੱਚ ਪੜਦਾ ਆ ਕੋਈ ਵੀ ਸਟੂਡੈਂਟ ਸਟੱਡੀ ਕਰਦਾ ਆ ਸਕੂਲ ਦੇ ਵਿੱਚ ਉਹਨੂੰ ਟੀਚਰਾਂ ਦੀ ਗੱਲ ਮੰਨਣੀ ਪੈਂਦੀ ਆ ਹਨਾ ਜੋ ਟੀਚਰਾਂ ਨੇ ਕਿਹਾ ਅਧਿਆਪਕਾਂ ਨੇ ਕਿਹਾ ਉਹ ਗੱਲ ਫਾਲੋ ਕਰਣੀ ਪੈਂਦੀ ਆ ਜਿਵੇਂ ਯੂਨੀਫਾਰਮ ਦੇ ਵਿੱਚ ਆਉਣਾ ਵਧੀਆ ਡਿਸਪੀਸਪਲਨ ਚ ਬਹਿਣਾ ਕਲਾਸ ਦੇ ਵਿੱਚ ਜੋ ਪੜਾਇਆ ਉਹਨੂੰ ਸੁਣਨਾ ਪੜ੍ਹਨਾ ਟੈਸਟ ਟੈਸਟਾਂ ਵਿੱਚ ਵਧੀਆ ਨੰਬਰ ਲੈਣਾ ਰਿਸਪੈਕਟ ਕਰਨੀ ਸਾਰਿਆਂ ਦੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਇੱਕ ਮੈਨੂੰ ਗੱਲ ਦੱਸੋ ਜੇ ਕੋਈ ਬੱਚਾ ਯੂਨੀਫਾਰਮ ਦੇ ਵਿੱਚ ਵੀ ਨਾ ਆਵੇ ਟੀਚਰਾਂ ਦੀ ਗੱਲ ਵੀ ਨਾ ਮੰਨੇ ਜੋ ਕੰਮ ਦਿੱਤਾ ਸਕੂਲੋਂ ਉਹ ਵੀ ਨਾ ਕਰੇ ਕੀ ਉਹ ਬੱਚਾ ਪਾਸ ਹੋ ਸਕਦਾ ਸਪੋਜ਼ ਕਰੋ ਵੀ ਪਾਸ ਵੀ ਹੋ ਗਿਆ ਕੀ ਉਹ ਵਧੀਆ ਬੱਚਾ ਜਾਂ ਟੀਚਰਾਂ ਨੂੰ ਅਧਿਆਪਕਾਂ ਨੂੰ ਪਸੰਦ ਆਊਗਾ ਜੋ ਮੈਨਰਸ ਨਾ ਰੱਖੇ ਜੋ ਵਧੀਆ ਡਿਸਪਲਿਨ ਚ ਨਾ ਰਹੇ ਨਹੀਂ ਹਨਾ ਕਹਿਣ ਦਾ ਪਾਬ ਇਹ ਆ ਵੀ ਹਰੇਕ ਫੀਲਡ ਦੇ ਵਿੱਚ ਜੇ ਆਪਾਂ ਕਿਸੇ ਤੋਂ ਕੁਝ ਲੈਣ ਜਾਣਾ ਹੈ ਹਨਾ ਆਪਾਂ ਉਹ ਉਹਦੀਆਂ ਮਤਲਬ ਗੱਲ ਮੰਨਾਂਗੇ ਜਿਵੇਂ ਅਧਿਆਪਕਾਂ ਦੀਆਂ ਟੀਚਰਾਂ ਦੀਆਂ ਹਨਾ ਏਵੇਂ ਹੀ ਹੁਣ ਮੈਂ ਮੁੱਦੇ ਤੇ ਆਉਣਾ ਆਪਾਂ ਗੱਲ ਕਰਨੀ ਆ ਵੀ ਆਪਾਂ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਜਾਣਦੇ ਆ ਪ੍ਰਮਾਤਮਾ ਦੀ ਕਿਰਪਾ ਨਾ ਚਾਹ ਹੁੰਦਾ ਆ ਹਨਾ ਹੁਣ ਦੇਖੋ ਗੱਲ ਇਹ ਆ ਵੀ ਆਪਾਂ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਤੋਂ ਕੁਝ ਮੰਗਣ ਜਾਂਦੇ ਆ ਗੁਰੂ ਸਾਹਿਬ ਦੁਨੀਆ ਦੇ ਮਾਲਕ ਨੇ ਆਪਾਂ ਨਾਮ ਦੀ ਦਾਤ ਮੰਗਣ ਜਾਂਦੇ ਆ ਸੇਵਰੀ ਦਾਤ ਮੰਗਣ ਜਾਂਦੇ ਆ ਕੁਝ ਨਾ ਕੁਝ ਤੁਸੀਂ ਜਿਵੇਂ ਆਪਾਂ ਸਾਰੇ ਜਾਣਦੇ ਆ ਹਨਾ ਹੁਣ ਇੱਕ ਗੱਲ ਤਾਂ ਜਵਾਬ ਤਾਂ ਮੈਨੂੰ ਕਿ ਆਪਾਂ ਗੁਰੂ ਸਾਹਿਬ ਦੇ ਅਕੋਰਡਿੰਗ ਜਾਂਦੇ ਆ ਜਿਵੇਂ ਉਹਨਾਂ ਨੇ ਕਿਹਾ ਦੇਖੋ ਗੱਲ ਸੋਚਣ ਵਾਲੀ ਆ ਹਨਾ ਦੇਖੋ ਬੱਚਾ ਟੀਚਰ ਨੂੰ ਤਾਂਪਸਾਂਦ ਆਊਗਾ ਜੇ ਉਹਦੇ ਹਿਸਾਬ ਦੇ ਨਾਲ ਟੀਚਰ ਦੇ ਅਕੋਰਡਿੰਗ ਉਹਨਾਂ ਕੋ ਆਊਗਾ ਹਨਾ ਜਿਵੇਂ ਉਹਨਾਂ ਨੇ ਕਿਹਾ ਤੁਸੀਂ ਵੀ ਜਿਹੜੇ ਫੀਲਡ ਦੇ ਫੀਲਡ ਵਿੱਚ ਕੰਮ ਕਰਦੇ ਹੋ ਤੁਹਾਡੇ ਬੌਸ ਨੇ ਹਨਾ ਜਿਵੇਂ ਉਹ ਚਾਹੁੰਦੇ ਨੇ ਉਵੇਂ ਜਿਵੇਂ ਉਹਨਾਂ ਨੇ ਕਿਹਾ ਵੀ ਉਵੇਂ ਆਓ ਮੇਰੇ ਕੋਲੇ ਆਓ ਮਤਲਬ ਜਿਵੇਂ ਵੀ ਮੇਰੀ ਗੱਲ ਮੰਨੋ ਹੁਣ ਆ ਜਾਓ ਹੁਣ ਦੇਖੋ ਵੀ ਆਪਾਂ ਗੁਰੂ ਸਾਹਿਬ ਦੇ ਕੋਲ ਚੱਲਿਆ ਗੁਰਦੁਆਰਾ ਸਾਹਿਬ ਵੀਰੋ ਦੇਖੋ ਹਰ ਗੱਲ ਆਪਾਂ ਨੂੰ ਗੁਰਬਾਣੀ ਦੱਸਦੀ ਆ ਦਾ ਇਤਿਹਾਸ ਵਿੱਚ ਆਉਂਦਾ ਆ ਦੇਖੋ ਮੈਂ ਤੁਹਾਨੂੰ ਤਾਂ ਦੱਸਦਾ ਵੀ ਆਪਾਂ ਗੁਰੂ ਸਭ ਕੁਝ ਚਾਹਤਾ ਰਹੇ ਆ ਕਿ ਆਪਾਂ ਜਰੋਂ ਜਾਣੇ ਆ ਰਸਤੇ ਦੇ ਵਿੱਚ ਤਾਂ ਜਿਹੜੇ ਹਿਸਾਬ ਨਾਲ ਆਪਾਂ ਗੁਰਦੁਆਰਾ ਸਾਹਿਬ ਪਹੁੰਚਦੇ ਆ ਹੁਣ ਜੇ ਦਾ ਤੁਸੀਂ ਗੁਰੂ ਸਾਹਿਬ ਨੂੰ ਮੰਨਦੇ ਹੋ ਵੀ ਉੱਥੇ ਬੈਠੇ ਨੇ ਪ੍ਰੈਜ਼ੈਂਟ ਨੇ ਤਾਂ ਇਹ ਗੱਲ ਤੁਸੀਂ ਸੋਚੋਗੇ ਨਹੀਂ ਨਹੀਂ ਸੋਚਣੀ ਹੁਣ ਆਜੋ ਦੇਖੋ ਇਤਿਹਾਸ ਵਿੱਚ ਹਿਸਟਰੀ ਵਿੱਚ ਇੱਕ ਸਾਖੀ ਇੱਕ ਸਟੋਰੀ ਹੁੰਦੀ ਆ ਸਉ ਤੋਂ ਪਹਿਲਾਂ ਤਾਂ ਜਦੋਂ ਦੇਖੋ ਵੀ ਤੁਸੀਂ ਜਾਣਦੇ ਹੋ ਵੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਦੱਸਿਆ ਮਤਲਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਬਾਬਾ ਬਸੈ ਗ੍ਰਾਮ ਬਕਾਲੇ ਅੱਠਵੇਂ ਪਾਤਸ਼ਾਹ ਜੀ ਨੇ ਜਦੋਂ ਦੱਸਿਆ ਵੀ ਨੌਵੇਂ ਪਾਤਸ਼ਾਹ ਦੀ ਬਾਬੇ ਬਕਾਲੇ ਸਾਹਿਬ ਨੇ ਉਦੋਂ ਤੁਸੀਂ ਜਾਣਦੇ ਹੋ ਵੀ ਭਾਈ ਮੱਖਣ ਸ਼ਾਹ ਲਬਾਣਾ ਜੀ ਫਿਰ ਗਏ ਸੀ ਬਾਬੇ ਬਕਾਲੇ ਜਾਣਦੇ ਹੋ ਨਾ ਠੀਕ ਹੈ ਜੀ ਉਹ ਤੋਂ ਬਾਅਦ ਬotheyake ਬਾਬੇ ਬਕਾਲੇ ਆ ਕੇ ਮੱਖਣ ਸਿੰਘ ਲਮਾਣਾ ਜੀ ਨੇ ਕੀ ਕੀਤਾ ਫਿਰ ਤੁਸੀਂ ਜਾਣਦੇ ਹੋ ਵੀ ਉਦੋਂ ਕਈ ਜਾਣੇ ਮਤਲਬ ਗੁਰੂ ਬਣੀ ਬੈਠੇ ਸਕੇ ਹਨਾ ਫਿਰ ਸਾਰੇ ਮੁਰ ਮੱਖਣ ਸਿੰਘ ਲਮਾਣਾ ਜੀ ਨੇ ਮੱਥਾ ਟੇਕਿਆ ਜਾਂ ਪੈਸੇ ਰੱਖੇ ਮਤਲਬ ਫਿਰ ਮੈਂ ਉਹ ਸਟੋਰੀ ਵੱਲ ਨਾ ਜਾਵਾਂ ਫਿਰ ਮੱਖਣ ਸਿੰਘ ਲਮਾਣਾ ਜੀ ਨੇ ਕੀ ਕਿਹਾ ਵੀ ਭਾਈ ਮੈਨੂੰ ਹਜੇ ਅਸਲੀ ਗੁਰੂ ਲੱਭੇ ਨਹੀਂ ਹੈਗੇ ਹਨਾ ਅਸਲੀ ਗੁਰੂ ਨਹੀਂ ਲੱਭੇ ਉਸ ਤੋਂ ਬਾਅਦ ਕੀ ਹੋਇਆ ਵੀ ਕਿਸੇ ਨੇ ਦੱਸਿਆ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਠੀਕਾ ਮਤਲਬ ਗੁਰੂ ਤੇਗ ਬਹਾਦਰ ਜੀ ਵੀ ਉਹ ਵੀ ਬੈਠੇ ਨੇ ਪੋਰੇ ਵਿੱਚ ਪਰ ਉਹ ਮੂਰੇ ਨਹੀਂ ਆ ਰਹੇ ਹੈਗੇ ਉਹ ਮਤਲਬ ਹਨਾ ਸਮਝੇ ਮੱਖਣਸਾਹ ਲਬਾਣਾ ਜੀ ਨੂੰ ਹੋਇਆ ਵੀ ਇਹ ਮੈਨੂੰ ਲੱਗਦਾ ਵੀ ਵੀ ਇਹ ਗੁਰੂ ਇਹੀ ਹੋ ਸਕਦੇ ਨੇ ਕਿਉਂਕਿ ਬਾਕੀ ਤਾਂ ਬੰਦੇ ਬਾਹਰ ਦੁਕਾਨਾਂ ਲਈ ਬੈਠੇ ਸੀਗੇ ਠੀਕਾ ਫਿਰ ਕੀ ਹੋਇਆ ਹੁਣ ਆਜੋ ਪੁਆਇੰਟ ਤੇ ਵੀ ਆਪਾਂ ਨੂੰ ਗੁਰਦੁਆਰਾ ਸਾਹਿਬ ਜਾਣਾ ਕਿਵੇਂ ਚਾਹੀਦਾ ਹੈ ਸੁਣੋ ਫਿਰ ਜਦੋਂ ਪਤਾ ਲੱਗਿਆ ਮੱਖਣਸਾਹ ਲਬਾਣਾ ਜੀ ਨੂੰ ਵੀ ਕੋਈ ਐਵੇਂ ਹੈਗਾ ਆ ਗੁਰੂ ਤੇਗ ਬਹਾਦਰ ਜੀ ਨੇ ਫਿਰ ਮੱਖਣ ਸਾਹਿਬਾਣਾ ਜੀ ਉਹਨਾਂ ਦੇ ਦਰਸ਼ਨ ਕਰਨ ਜਾਣ ਲੱਗ ਗਏ ਹੁਣ ਜਿਹੜੇ ਮੱਖਣ ਸਾਹਿਬਾਣਾ ਜੀ ਨੇ ਉਹਨਾਂ ਨੇ ਤੁਹਾਨੂੰ ਪਤਾ ਆ ਵੀ ਉਹਨਾਂ ਨੇ ਅੱਗੇ ਅਰਦਾਸ ਕੀਤੀ ਸੀ ਕਿ ਸਮੁੰਦਰ ਦੇ ਵਿੱਚ ਜਦੋਂ ਉਹਨਾਂ ਦਾ ਜਹਾਜ਼ ਡੁੱਬਣ ਲੱਗਿਆ ਸੀਗਾ ਮਤਲਬ ਕਿ ਅਬ ਜਿਹਦਾ ਸਮੁੰਦਰੀ ਜਹਾਜ਼ ਹੋਊਗਾ ਉਹ ਬੰਦਾ ਕਿੰਨਾ ਕੁ ਰਿੱਚ ਕਿੰਨਾ ਕੁ ਅਮੀਰ ਹੋਊਗਾ ਅੰਡਰਸਟੈਂਡ ਉਹਨੇ ਅਰਦਾਸ ਕੀਤੀ ਸੀਗੀ ਵੀ ਗੁਰੂ ਨਾਨਕ ਦੇਵ ਜੀ ਵੀ ਮੇਰਾ ਜਹਾਜ਼ ਕੰਢੇ ਲਾਓ ਵੀ ਮੈਂ ਤੁਹਾਨੂੰ ਇੰਨੀਆਂ ਮੋਹਰਾਂ ਸੇਵਾ ਕਰੂੰਗਾ ਇੰਨੀਆਂ ਮੋਹਰਾਂ ਦੀਆਂ ਮਤਲਬ ਦਸ ਬੰਦ ਠੀਕ ਆ ਸੇਵਾ ਪੇਟਾ ਫਿਰ ਗੁਰੂ ਸਾਹਿਬ ਨੇ ਉਹਨਰ ਜਹਾਜ਼ ਕੰਢੇ ਲਾਇਆ ਫਿਰ ਉਹ ਪੇਟਾ ਜਣ ਆਏ ਸੀਗੇ ਉੱਥੇ ਹੁਣ ਸੁਣੋ ਜਿਹੜਾ ਬੰਦਾ ਰਿੱਚ ਹੋਊਗਾ ਜਿਹਦੇ ਜਹਾਜ਼ ਡਡੇ ਹੋਣਗੇ ਉਹਦੇ ਨਾਲ ਉਹ ਕੱਲਾ ਥੋੜਾ ਹੋਊਗਾ ਉਹਦੇ ਨਾਲ ਬਹੁਤ ਜਣੇ ਆਏ ਹੋਣਗੇ ਹਨਾ ਫਿਰ ਕੀ ਹੋਇਆ ਜਦੋਂ ਮੱਖਣ ਸਿੰਘ ਲਮਾਣਾ ਜੀ ਆਪਣੇ ਬੰਦਿਆਂ ਦੇ ਨਾਲ ਆਪਣੇ ਸਾਥੀਆਂ ਨਾਲ ਆਪਣੇ ਹਨ ਨਾਲ ਸਾਰਾ ਸੀਗਾ ਪਲਟਨ ਕਹਿ ਲਓ ਵੀ ਨਾਲ ਚਾਰਗੇ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਭੋਰੇ ਦੇ ਵਿੱਚੋਂ ਆਪਣੇ ਸੇਵਾਦਾਰ ਨੂੰ ਕਿਹਾ ਵੀ ਇਹ ਕੌਣ ਆ ਰਿਹਾ ਹੈ ਹੁਣ ਆ ਜੋ ਪੁਆਇੰਟ ਤੇ ਕਿਵੇਂ ਕਿਉਂਕਿ ਉਹਨਾਂ ਨੂੰ ਆਉਣ ਦੀ ਆਵਾਜ਼ ਸੁਣਦੀ ਸੀ ਕਿ ਕਿੰਨੇ ਜਾਣੇ ਨਾਲ ਸੀਗੇ ਘੋੜਿਆਂ ਦੀਆਂ ਆਵਾਜ਼ਾਂ ਠੀਕ ਹੈ ਜਾਂ ਹੋਰ ਕਿਉਂਕਿ ਬਹੁਤ ਜਾਣੇ ਨਾਲ ਸੀਗੇ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਇਹਨੂੰ ਆਏ ਨਹੀਂ ਪਤਾ ਵੀ ਕਿਵੇਂ ਜਾਈਦਾ ਹੁੰਦਾ ਗੁਰੂ ਦੇ ਕੋਲੇ ਦੇਖਿਆ ਇਹ ਪੁਆਇੰਟ ਆ ਇੱਥੇ ਆਜੋ ਹੁਣ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੇਵਾਦਾਰ ਨੂੰ ਜਦੋਂ ਪੁੱਛਿਆ ਵੀ ਕੌਣ ਆ ਰਿਹਾ ਉਹਨਾਂ ਨੇ ਕਿਹਾ ਵੀ ਮੱਖਣੇ ਸਾਹਿਬ ਲਵਾਣਾ ਆ ਰਿਹਾ ਉਹਨਾਂ ਨੇ ਬਾਹਰ ਜਾ ਕੇ ਦੇਖਿਆ ਹੋਣਾ ਹੁਣ ਕਿੰਨਾ ਆਮ ਹੁਣ ਦੇਖੋ ਆਪਣੇ ਸ਼ਹਿਰਾ ਪਿੰਡਾਂ ਵਿੱਚ ਜੇ ਕੋਈ ਵੱਡਾ ਬੰਦਾ ਆਵੇ ਉਹਦੇ ਨਾਲ ਪਹਿਲੀ ਗੱਲ ਤਾਂ ਵੀ ਉਸ ਇਲਾਕੇ ਦੇ ਬੰਦੇ ਨਾਲ ਆ ਜਾਂਦੇ ਨੇ ਹਣਾ ਕਿਉਂਕਿ ਵੱਡਾ ਬੰਦਾ ਹੁੰਦਾ ਮਸ਼ਹੂਰ ਹੁੰਦਾ ਆਮ ਬੰਦਿਆਂ ਨੂੰ ਹੁਣ ਤਾਂ ਵੀ ਜਦ ਅਸੀਂ ਵੀ ਇਹਨਾਂ ਨੂੰ ਮਿਲੀਏ ਆਮ ਬੰਦੇ ਉਹਨਾਂ ਨੂੰ ਰਿਸੀਵ ਕਰਦੇ ਹੁੰਦੇ ਨੇ ਹਣਾ ਸਾਰੇ ਇਹਦਾ ਮਤਲਬ ਵੀ ਬਹੁਤ ਜਾਣੇ ਆ ਰਹੇ ਸੀਗੇ ਮੱਖਣਸ਼ਾਹ ਲਵਾਨਾ ਆਮ ਬੰਦਾ ਨਹੀਂ ਜਿਹਦੇ ਉਸ ਸਮੇਂ 1500 ਸਨ ਦੇ ਵਿੱਚ ਜਹਾਜ਼ ਚੱਲਦੇ ਹੁਣ ਸਮੁੰਦਰੀ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਮੱਖਣਸ਼ਾਹ ਵੀ ਭਾਈ ਜਦ ਜਦੋਂ ਸੇਵਾਦਾਰ ਨੇ ਦੱਸਿਆ ਵੀ ਮੱਖਣਸ਼ਾਹ ਲਵਾਨਾ ਆ ਰਿਹਾ ਰੋਲਾ ਜਾਂ ਹੋਰ ਆਵਾਜ਼ ਆਉਂਦੀ ਸੀ ਕਿ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ ਵੀ ਉਹਨੂੰ ਪਤਾ ਨਹੀਂ ਵੀ ਗੁਰੂ ਦੇ ਕੋਲੇ ਜਾਇਦਾ ਕਿਵੇਂ ਹੁੰਦਾ ਆ ਇਹ ਪੁਆਇੰਟ ਆ ਧਿਆਨ ਨਾਲ ਸੋਚੋ ਠੀਕ ਆ ਵੀ ਆਪਾਂ ਗੁਰਦੁਆਰੇ ਕਿਵੇਂ ਚੱਲਨੇ ਆ ਫਿਰ ਜਦੋਂ ਇਹ ਸੇਵਾਦਾਰ ਨੇ ਮੱਖਣਸਾਹ ਲਬਾਣਾ ਜੀ ਨੂੰ ਜਾ ਕੇ ਗੱਲ ਦਸੀ ਨਾ ਵੀ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਗੁਰਦੁਆਰਾ ਸਾਹਿਬ ਜਾ ਗੁਰੂ ਦੇ ਕੋਲ ਜਾਣਾ ਵੀ ਨਿਮਰਤਾ ਦੇ ਵਿੱਚ ਆਓ ਗਰੀਬੀ ਦੇ ਵਿੱਚ ਆ ਕੇ ਜਾਓ ਉਥੋਂ ਉਦੋਂ ਜਦੋਂ ਇਹ ਗੱਲ ਕਰਨਾਂ ਚ ਪਈ ਉਥੋਂ ਮੱਖਣਸਾਹ ਲਬਾਣਾ ਕਹਿੰਦਾ ਵੀ ਇਹੀ ਗੁਰੂ ਸਾਹਿਬ ਨੇ ਇਹੀ ਨੇ ਵੀ ਬਾਕੀਆਂ ਨੇ ਤਾਂ ਮੇਰੀ ਤਾਰੀਫ਼ ਕੀਤੀ ਆ ਵੀ ਮੈਂ ਰਿੱਚ ਆ ਮੈਂ ਅਮੀਰ ਆ ਬਾਕੀਆਂ ਨੇ ਤਾਂ ਮੇਰੀ ਤਾਰੀਫ਼ ਕੀਤੀ ਮੱਖਣ ਸਿੰਘ ਜੀ ਆਓ ਸਾਡੇ ਕੋਲੇ ਬੈਠੋ ਆ ਕੇ ਠੀਕ ਆ ਵੀ ਗੁਰੂ ਸਾਹਿਬ ਨੇ ਇਹ ਗੱਲ ਕਹੀ ਵੀ ਜੇ ਆਉਣਾ ਆ ਤਾਂ ਨੀਵਾ ਹੋ ਕੇ ਆ ਠੀਕ ਆ ਫਿਰ ਮੱਖਣ ਸਿੰਘ ਜੀ ਗਏ ਜਾ ਕੇ ਨਮਸਕਾਰ ਕੀਤੀ ਫਤਿਹ ਬੁਲਾਈ ਠੀਕ ਆ ਫਿਰ ਗੁਰੂ ਸਾਹਿਬ ਮਤਲਬ ਫਿਰ ਉੱਥੇ ਸਾਰਾ ਸਾਨੂੰ ਪਤਾ ਵੀ ਪੇਟਾ ਵੀ ਦਿੱਤੀ ਗੁਰੂ ਸਾਹਿਬ ਨੇ ਮੋਢਾ ਦਿਖਾਇਆ ਆਪਣਾ ਵੀ ਆ ਮੋਢੇ ਨਾਲ ਜਹਾਜ਼ ਘੰਡੇ ਲਾਇਆ ਠੀਕ ਆ ਫਿਰ ਮੱਖਣਸਾਲ ਲਬਾਣਾ ਜੀ ਨੇ ਉੱਤੇ ਜਾ ਕੇ ਕਿਹਾ ਵੀ ਗੁਰੂ ਲਾਧੋਰੇ ਲਾਧੋਰੇ ਚਲੋ ਇਹ ਤਾਂ ਸੀਗੀ ਸਾਖੀ ਦੇਖੋ ਗੁਰੂ ਸਾਹਿਬ ਨੇ ਕੀ ਕਿਹਾ ਮੱਖਣਸਾਲ ਲਬਾਣਾ ਨੂੰ ਵੀ ਗੁਰੂ ਕੋਲ ਜਾਇਦਾਗ ਮੈਂ ਹੁੰਦਾ ਆ ਹੁਣ ਆਪਾਂ ਗੁਰਦੁਆਰਾ ਸਭ ਜਾਣਨੇ ਕਿਵੇਂ ਆ ਗੁਰੂ ਸਾਹਿਬ ਉੱਥੇ ਹੀ ਨੇ ਇੱਥੇ ਬੈਠੇ ਨੇ ਗੁਰੂ ਗੁਰੂ ਘਰ ਨੇ ਆਪਾਂ ਕਿਵੇਂ ਜਾਣਨੇ ਆ ਇਹ ਇਹ ਹੁਣ ਤੁਹਾਨੂੰ ਪਤਾ ਹੋ ਸੋਚੋ ਆਪਣੇ ਦਿਮਾਗ ਨਾਲ ਲਾਓ ਇੱਕ ਵਾਰ ਤੁਹਾਨੂੰ ਹੋਰ ਗੱਲ ਦੱਸਾਂ ਜਦੋਂ ਮਾਤਾ ਗੰਗਾ ਜੀ ਗਏ ਨੇ ਬਾਬਾ ਬੁੱਢਾ ਜੀ ਕੋਲ ਠੀਕ ਆ ਪਹਿਲੀ ਵਾਰ ਗਿਆ ਇਤਿਹਾਸ ਕਹਿੰਦਾ ਜਦੋਂ ਪਹਿਲੀ ਵਾਰ ਗਏ ਨੇ ਨਾਲ ਦਾਸੀਆਂ ਸਾਰੇ ਸੀਗੇ ਬਾਬਾ ਬੁੱਢਾ ਜੀ ਨੇ ਇਹ ਕਿਹਾ ਸੀ ਬਿੱਤੂਣਾ ਪੜਦੇ ਕਿਉਂ ਆ ਰਹੇ ਹੋ ਵੀ ਜੇ ਕਿਸੇ ਮਹਾਪੁਰਖ ਕੋ ਜਾਣਾ ਹੁੰਦਾ ਨਿਮਰਤਾ ਵਿੱਚ ਹਨਾ ਫਿਰ ਦੁਬਾਰਾ ਮਾਤਾ ਗੰਗਾ ਜੀ ਆਪਣੇ ਹੱਥਾਂ ਨਾਲ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀਗਾ ਵੀ ਜੇ ਬਿਵਾ ਬੁੱਢਾ ਜੀ ਕੋਲ ਜਾਣਾ ਆ ਤੁਸੀਂ ਆਪਣੇ ਹੱਥੀਂ ਪ੍ਰਸ਼ਾਦ ਦੇ ਤਿਆਰ ਕਰਕੇ ਲੱਸੀ ਲੈ ਕੇ ਨਾਲ ਗੰਢਾ ਲੈ ਕੇ ਜਾਓ ਤੁਸੀਂ ਜਾਣਦੇ ਹੋ ਹਨਾ ਫਿਰ ਮਾਤਾ ਗੰਗਾ ਜੀ ਨੰਗੇ ਪੈਰੀ ਤੁਰ ਕੇ ਗਏ ਸੀਗੇ ਬੀੜ ਬਾਬਾ ਬੁੱਢਾ ਜੀ ਮਾ ਬੁੱਢਾ ਜੀ ਦੇ ਕੋਲ ਪ੍ਰਸ਼ਾਦੇ ਲੈ ਕੇ ਮਤਲਬ ਇਹ ਇਤਿਹਾਸ ਆਪਾਂ ਸਿਖਾਉਂਦਾ ਆ ਵੀ ਆਪਾਂ ਕਿਸੇ ਵੀ ਮਹਾਪੁਰਖ ਕੋਲੇ ਜਾਂ ਗੁਰੂ ਘਰ ਜਾਣਾ ਕਿਵੇਂ ਆ ਹੁਣ ਕਈ ਵਾਰ ਦੇਖੋ ਜਦੋਂ ਕੋਈ ਵੀ ਇਲੈਕਸ਼ਨ ਜਿੱਤਦਾ ਆ ਠੀਕ ਆ ਤੁਹਾਡੇ ਚੋਂ ਵੀ ਦੇਖੋ ਮੈਂ ਨਹੀਂ ਕਹਿੰਦਾ ਵੀ ਸਾਰੇ ਮਾੜੇ ਨੇ ਠੀਕ ਆ ਤੁਹਾਡੇ ਵੀ ਪਰਿਵਾਰਾਂ ਚ ਕੋਈ ਜਿੱਤਦਾ ਹੋ ਸਕਦਾ ਕਰੇ ਸਰਪੰਚੀ ਕੋਈ ਵੀ ਕੋਈ ਸਾਰੇ ਵਧੀਆ ਵੀ ਹੁੰਦੇ ਨੇ ਦੂਜੇ ਵਧੀਆ ਨਹੀਂ ਵੀ ਹੁੰਦੇ ਹਨਾ ਤਕਰੀਬਨ ਕੀ ਹੁੰਦਾ ਆ ਪਰ ਉਸੇ ਮੀਟਲੀ ਜ਼ਿਆਦਾ ਠੀਕ ਆ ਜ਼ਿਆਦਾਤਰ ਕੀ ਹੁੰਦਾ ਆ ਵੀ ਜਦੋਂ ਕੋਈ ਇਲੈਕਸ਼ਨ ਜਿੱਤਦਾ ਆ ਉਹ ਆਪਣੇ ਢੋਲ ਵਜਾਉਂਦੇ ਵਜਾਉਂਦੇ ਗੁਰਦੁਆਰਾ ਸਭ ਸਾਰੇ ਜਾਂਦੇ ਹੁੰਦੇ ਨੇ ਜਾਂਦੇ ਹੁੰਦੇ ਨੇ ਨਾ ਆਪਾਂ ਦੇਖਦੇ ਆ ਠੀਕ ਆ ਦੇਖੋ ਪਰ ਇਤਿਹਾਸ ਈਵੇਂ ਕਹਿੰਦਾ ਆ ਵੀ ਗੁਰੂ ਸਾਹਿਬ ਕਹਿੰਦੇ ਵੀ ਈਵੇਂ ਆ ਉਹ ਨਿਮਰਤਾ ਵਿੱਚ ਨੀਵੇਂ ਉਹ ਗਿਆ ਉਹ ਗੁਰੂ ਘਰ ਦਿੱਗਾ ਆਪਾਂ ਕਿਵੇਂ ਜਾਣੇ ਹੁਣ ਗੁਰਦੁਆਰਾ ਸਾਹਿਬ ਵੀ ਯਾਰ ਵੀ ਦੇਖੋ ਹੁਣ ਮੈਨੂੰ ਨਹੀਂ ਪਤਾ ਇਹ ਗੱਲ ਠੀਕ ਆ ਜਾਂ ਗਲਤ ਆ ਵੀ ਉੱਚੀ ਉੱਚੀ ਕਈ ਵਾਰ ਆਵਾਜ਼ਾਂ ਬਹੁਤ ਹੁੰਦੀਆਂ ਆਪਣੇ ਗੱਡੀਆਂ ਦੀਆਂ ਮੋਟਰਸਾਈਕਲਾਂ ਦੀਆਂ ਕੁਝ ਵੀ ਠੀਕ ਆ ਹੁਣ ਉੱਥੇ ਗੁਰਦੁਆਰਾ ਸਾਹਿਬ ਕੋਈ ਬੰਦਾ ਮੰਨ ਲਓ ਸੇਵਾ ਕਰਦਾ ਉੱਥੇ ਕਿਤੇ ਬੈਠਾ ਉਹ ਕਈ ਵਾਰ ਉਹ ਟਾਡੀ ਜੱਥੇ ਕਿਤੇ ਕਰਨ ਚ ਕੀਰਤਨ ਪੈਂਦਾ ਹੁੰਦਾ ਜਦੋਂ ਉਹ ਮੋਟਰਸਾਈਕਲ ਦੀ ਆਵਾਜ਼ ਸੁਣਦਾ ਇਧਰ ਨੂੰ ਦੇਖਦਾ ਆ ਕਸੂਰਵਾਰ ਕੌਣ ਹੋ ਗਿਆ ਕਸੂਰਵਾਰ ਆਪਾਂ ਹੋ ਕੇ ਠੀਕ ਹੈ ਦੇਖੋ ਇਹ ਨਹੀਂ ਕਹਾਂਦਾ ਮੈਂ ਮੈਂ ਤੁਸੀਂ ਕਹੋਗੇ ਯਾਰ ਵੀ ਕਸੂਰਵਾਰ ਤਾਂ ਉਹ ਵੀ ਆ ਜਿਹੜਾ ਇਧਰੋਂ ਨੂੰ ਦੇਖਦਾ ਆ ਬੀਰੋ ਜਦੋਂ ਆਪਣੀ ਆਵਾਜ਼ ਇਹ ਜਿੱਦਾਂ ਦੀਆਂ ਆਵਾਜ਼ਾਂ ਬਹੁਤ ਜ਼ਿਆਦਾ ਨੇ ਮੋਟਰਸਾਈਕਲ ਗੱਡੀਆਂ ਦੀਆਂ ਜਾਂ ਕੁਝ ਵੀ ਰੌਲਾ ਰੱਪਾ ਪਾ ਕੇ ਮਤਲਬ ਕਹਾਂਦਾ ਵੀ ਗੁਰੂ ਘਰ ਜਾਣਾ ਕਿਵੇਂ ਆ ਇਹ ਤੁਹਾਨੂੰ ਮੈਂ ਦੱਸਦਾ ਵੀ ਨੀਵੇਂ ਹੋ ਕੇ ਤਾਂ ਕੁਝ ਮਿਲਦਾ ਆ ਇੱਕ ਗੁਰੂ ਸਾਹਿਬ ਦਾ ਸ਼ਬਦ ਆ ਗੁਰੂ ਰਾਮਦਾਸ ਜੀ ਦਾ ਠੀਕ ਆ ਇਹ ਸੁਣ ਲਓ ਕੀ ਆ ਸੇਵਕ ਸਿੱਖ ਪੂਜਣ ਸਭ ਆਵੇ ਦੁਵਾਰਾ ਦੱਸ ਦਿਨਾ ਗੁਰੂ ਰਾਮ ਦਾਸ ਜੀ ਦਾ ਗੁਰਬਾਣੀ ਵਿੱਚ ਸ਼ਬਦ ਆ ਇਹਨੂੰ ਹੁਣ ਸੁਣਿਓ ਤੇ ਦੇਖਿਓ ਵੀ ਆਪਾਂ ਕਿਥੇ ਖੜੇ ਆ ਕਿਉਂਕਿ ਆਪਾਂ ਵੀ ਜਾਣਦੇ ਆ ਗੁਰਦੁਆਰਾ ਸਾਹਿਬ ਵੀ ਅਸੀਂ ਜਾਣਦੇ ਆ ਪਰ ਸਾਡਾ ਜਾਣਾ ਪ੍ਰਵਾਨ ਹੋਇਆ ਕਿ ਨਹੀਂ ਦੇਖੋ ਗੱਲ ਵੀ ਹੈਗੀ ਆ ਮੈਂ ਆਪਾਂ ਜਾਦਾ ਰਹੇ ਆ ਠੀਕ ਆ ਮਹਾਰਾਜ ਲੈ ਕੇ ਜਾ ਰਹੇ ਨੇ ਕਿ ਉਥੇ ਆਪਾਂ ਮਤਲਬ ਆਪਣੀ ਟਿਕ ਲੱਗੀ ਆ ਕਿ ਨਹੀਂ ਵੀ ਸੱਚੀ ਹੋ ਵੀ ਬੰਦਾ ਇਹ ਵੀ ਓਕੇ ਆ ਦੇਖੋ ਹੁਣ ਸੁਣੋ ਸ਼ਬਦ ਗਰਬਾਣੀ ਤਾਂ ਸੱਚ ਆ ਗਰਬਾਣੀ ਤਾਂ ਨਹੀਂ ਝੂਠੀ ਹੋ ਸਕਦੀ ਗਰਬਾਣੀ ਹਮੇਸ਼ਾ ਸੱਚ ਆ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਸੇਵਕ ਸਿੱਖ ਪੂਜਣ ਸਭ ਆਵੇ ਹੁਣ ਆਪਾਂ ਤੁਸੀਂ ਵਿੱਚੇ ਲਾ ਲਿਓ ਤੁਸੀਂ ਸੇਵਕ ਵੀ ਆ ਰਹੇ ਨੇ ਸੇਵਕ ਸਿੱਖ ਸਿੱਖ ਵੀ ਆ ਰਹੇ ਨੇ ਪੂਜਣ ਸਭ ਆਵੇ ਅੱਗੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਸਭ ਗਾਵੇ ਹਰ ਹਰ ਊਤਮ ਬਾਣੀ ਵੀ ਸਾਰੇ ਆ ਕੇ ਬਾਣੀ ਗਾਉਂਦੇ ਨੇ ਆਪਾਂ ਮਿਲ ਕੇ ਆ ਕੇ ਪਾਠ ਕਰਦੇ ਹੋਵਾਂਗੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਹੁਣ ਦੇਖੋ ਮਹਾਰਾਜ ਕੀ ਕਹਿੰਦੇ ਨੇ ਕਿ ਕੌਣ ਪ੍ਰਵਾਨ ਹੁੰਦਾ ਕਿਹਦੀ ਸੇਵਾ ਕੀਤੀ ਪ੍ਰਵਾਨ ਹੁੰਦੀ ਆ ਕਿਹਦੀ ਬਾਣੀ ਪੜ੍ਹੀ ਪ੍ਰਵਾਨ ਹੁੰਦੀ ਆ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੈ ਗਾਵਿਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੈ ਗਾਇਆ ਹੋਇਆ ਸੁਣਿਆ ਹੋਇਆ ਤਿਨਾਂ ਦਾ ਪਰਮਾਤਮਾ ਮਤਲਬ ਹਰ ਹਨ ਪਰਮਾਤਮਾ ਉਹਨਾਂ ਦਾ ਗਾਇਆ ਸੁਣਿਆ ਪ੍ਰਵਾਨ ਕਰਦਾ ਗਾਇਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੈ ਕਿਨਾਂ ਦਾ ਗੁਰੂ ਸਾਹਿਬ ਜੇਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਇੱਥੇ ਆ ਜਾਓ ਹਾਂ ਜਿੰਨੇ ਸਤਕੁਰ ਕੀ ਆਗਿਆ ਸਤ ਸਤ ਕਰਮਾਂ ਦੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਆਗਿਆ ਟਰੂ ਕਰਕੇ ਜਾਣੇ ਸਤ ਸਤ ਮਤਲਬ ਉਹ ਸੱਚ ਵੀ ਉਹਨੂੰ ਮੰਨਿਆ ਠੀਕ ਆ ਆਗਿਆ ਆਗਿਆ ਮਤਲਬ ਹੁਣ ਅਜੋ ਸਕੂਲ ਵਾਲੇ ਪਾਸੇ ਜਿਹੜੀ ਅਪਾ ਪਹਿਲਾਂ ਗੱਲ ਕੀਤੀ ਆ ਠੀਕ ਆ ਆਗੀ ਨਾ ਜਿੰਨੇ ਸਤਕੁਰ ਕੀ ਆਗਿਆ ਹੁਣ ਦੇਖੋ ਜਿਵੇਂ ਟੀਚਰ ਆਗਿਆ ਮਤਲਬ ਕੀ ਆ ਸਾਰਾ ਕੁਝ ਆਗਿਆ ਡਿਸਪੀਸਪਲਨ ਵੀ ਆਗਿਆ ਨਿਮਰਤਾ ਵੀ ਆ ਗਈ ਨੀਵੇਂ ਹੋ ਕੇ ਜਾਣਾ ਵੀ ਆ ਗਿਆ ਇਸਾਰ ਕੁਝ ਵਿੱਚ ਹੀ ਆ ਇਧਰ ਮੈਂ ਪਾਠ ਕਰਾਂ ਉਧਰ ਮੈਂ ਮਨ ਚ ਸੋਚਾਂ ਵੀ ਕਿਸਦਾ ਮਾੜਾ ਕਿਵੇਂ ਕਰਨਾ ਜਾਂ ਇਧਰ ਮੈਂ ਸੇਵਾ ਕਰਾਂ ਮੈਂ ਉਧਰ ਉਹ ਸੋਚਾਂ ਵੀ ਠੀਕ ਆ ਕੋਈ ਵੀ ਗਲਤ ਕੰਮ ਹੈ ਨਾ ਵੀ ਮੈਂ ਕਿਹਦੇ ਪੈਸੇ ਕਿਵੇਂ ਕੱਢਣਾ ਇਹ ਮਤਲਬ ਇਹ ਨਹੀਂ ਗੁਰੂ ਸਾਹਿਬ ਨੇ ਕਲੀਅਰ ਕਰਤਾ ਵੀ ਸੇਵਕ ਸਿੱਖ ਪੂਜਣ ਸਭ ਆਵੇ ਇਹ ਨਾ ਸੋਚੋ ਵੀ ਅਸੀਂ ਗੁਰਦੁਆਰਾ ਸਾਹਿਬ ਜਾ ਜਾਏ ਵੀ ਅਸੀਂ ਕਿਹ ਐਟਾਂ ਜਾ ਓਕੇ ਨਾ ਗੁਰੂ ਸਾਹਿਬ ਕਹਿੰਦੇ ਸਾਰੀ ਆਉਂਦੇ ਨੇ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਨੀ ਗਾਵਿਆ ਸੁਣਿਆ ਤਨ ਕਾ ਹਰ ਥਾਂ ਪਾਵੈ ਜਿੰਨ ਸਤ ਗੁਰ ਕੀ ਆਗਿਆ ਸਤ ਸਤ ਕਰ ਮੰਨੀ ਪੀਰੋ ਹੁਣ ਦੇਖ ਲਓ ਵੀ ਆਪਾਂ ਕਿੱਥੇ ਖੜੇ ਆ ਕਿੰਨੀ ਕਾਗਿਆ ਮੰਨਦੇ ਆ ਆਪਾਂ ਠੀਕ ਆ ਠੀਕ ਆ ਵੀ ਅੰਦਰੋਂ ਕਿੰਨਾ ਕਾ ਆਪਾਂ ਸੋਚ ਵੀ ਇਹ ਕਿਸੇ ਦਾ ਮਾੜਾ ਸੋਚ ਰਹੇ ਆ ਹੈ ਜਾਂ ਚਲੋ ਫਾਰਗੋਸੇ ਬਿੱਤ ਜੇ ਹੁਣ ਸਮਝਾ ਗਏ ਮੈਂ ਵੀਡੀਓ ਜ਼ਿਆਦਾ ਲੰਬੀ ਨਾ ਕਰਾਂ ਦੇਖੋ ਵੀਡੀਓ ਮੈਂ ਇਨੀ ਬੇਨਤੀ ਕਰਨੀ ਸੀ ਕਿ ਭਰਾਵੋ ਪਾਣੋ ਗੁਰੂ ਸਾਹਿਬ ਦੀ ਆਪਾਂ ਆਗਿਆ ਮੰਨੀਆਂ ਗੁਰੂ ਘਰ ਜਾਣਾ ਨੀਵੇਂ ਹੋ ਕੇ ਚਾਹੀਏ ਨੀਵੇਂ ਹੋ ਕੇ ਮਤਲਬ ਜਿਹੜੇ ਆਪਣੇ ਅਹੁਦੇ ਨੇ ਨਾ ਵੀ ਮੈਂ ਵੀ ਸਮਾਜ ਵਿੱਚ ਮੇਰਾ ਇੰਨਾ ਕੁ ਸਤਕਾਰ ਆ ਜਾਂ ਕਿਤੇ ਪਾਸੇ ਵੀ ਵੀ ਮੇਰੀ ਇੰਨੀ ਚੜ੍ਹਾਈ ਹੈ ਜਿਹਨੂੰ ਚੜ੍ਹਾਈ ਸ਼ਬਦ ਵਰਤ ਰਹੇ ਨੇ ਜਾਂ ਮੈਂ ਕਿਸੇ ਵੀ ਪੋਸਟ ਤੇ ਆ ਗੁਰੂ ਘਰ ਇਹ ਹੋ ਕੇ ਇਸ ਜਾਣਾ ਬਣ ਕੇ ਵੀ ਮੈਂ ਜ਼ੀਰੋ ਆ ਗੁਰੂ ਘਰ ਦੇ ਜਾਣਾ ਆ ਕਿਸੇ ਵੀ ਮਹਾਪੁਰਖ ਕੋ ਜਾਣਾ ਇਹ ਸੋਚ ਕੇ ਜਾਣਾ ਵੀ ਮੈਨੂੰ ਆਨਲਾਈਨ ਨਹੀਂ ਕੁਝ ਵੀ ਮੈਂ ਜ਼ੀਰੋ ਆ ਠੀਕ ਆ ਮਤਲਬ ਦੇਖੋ ਯਾਰ ਗੁਰੂ ਸਾਹਿਬ ਦੇਖੋ ਵੀ ਗੁਰੂ ਸਾਹਿਬ ਤਾਂ ਸਭ ਤੋਂ ਵਧੀਆ ਨੇ ਦੁਨੀਆ ਬ੍ਰਹਿਮੰਡ ਤੋਂ ਵਧੀਆ ਨੇ ਸਾਹ ਹਨਾ ਗੁਰੂ ਸਾਹਿਬ ਕਿੰਨਾ ਕੁਝ ਲਿਖਦੇ ਨੇ ਗੁਰਬਾਣੀ ਵਿੱਚ ਨਾਨਕ ਨੀਜ ਕਹੈ ਵਿਚਾਰ ਹਨਾ ਹੁਣ ਸਾਡੇ ਵਰਗੇ ਵਿੱਚ ਤਾਂ ਅਗਣੇ ਅਗਣ ਹੁੰਦੇ ਨੇ ਤਾਂ ਵੀ ਅਸੀਂ ਇਹ ਗੱਲ ਕਹਿਣੇ ਆ ਵੀ ਅਸੀਂ ਤਾਂ ਸਭ ਤੋਂ ਵਧੀਆ ਆ ਗੁਰੂ ਘਰ ਜੇ ਜਾਣਾ ਆ ਨੀਵੇਂ ਹੋ ਕੇ ਜਾਣਾ ਆ ਠੀਕ ਆ ਆਪਣਾ ਅਹੁਦਾ ਆਪਣੀਆਂ ਪੋਸਟਾਂ ਉਹਨੂੰ ਉੱਥੇ ਬਾਹਰ ਆ ਕੇ ਜਾਣਾ ਆ ਹਨਾ ਵੀ ਮਤਲਬ ਤਾਂ ਹੀ ਗੁਰੂ ਸਾਹਿਬ ਆਪਾਂ ਨੂੰ ਜੋਤਲੋਂ ਕਿਰਪਾ ਕਰਨਗੇ ਪੂਰੀ ਵੀਡੀਓ ਵਿੱਚ ਬੋਲਦੇ ਹੋਏ ਕੁਝ ਵੀ ਗਲਤੀ ਹੋ ਫੇਰ ਵੀ ਮਾਫ ਕਰ ਦਿਓ ਜੇ ਮੇਰੀ ਗੱਲ ਸਮਝ ਲੱਗੇ ਤਾਂ ਗੱਲ ਮੰਨਣ ਦੀ ਕਿਰਪਾਤਲਾ ਕਰਿਓ ਗਿਆਨੀ ਪੰਥਰਪਾਲ ਜੀ ਵੀ ਉਹਨਾਂ ਦੀ ਕਥਾ ਸੁਣਿਆ ਕਰੋ ਠੀਕ ਆ ਸਾਰੇ ਵਧੀਆ ਨੇ ਗਿਆਨੀ ਜੰਗਵੀਰ ਸਿੰਘ ਜੀ ਸਾਰੇ ਹੀ ਕਥਾਵਾਚਕ ਸਾਰੇ ਮਹਾਪੁਰਖ ਸਾਰੇ ਵਧੀਆ ਨੇ ਇਸ ਕਰਕੇ ਮਤਲਬ ਤੁਹਾਨੂੰ ਪਰਾਉ ਉਹ ਗੱਲ ਉਹੀ ਆ ਜੇ ਆਪਾਂ ਸਕੂਲ ਚ ਟੀਚਰਾਂ ਦੀ ਗੱਲ ਮੰਨ ਕੇ ਜਾਵਾਂਗੇ ਨਾ ਤਾਂ ਟੀਚਰ ਵੀ ਖੁਸ਼ ਹੋਊਗਾ ਆਪਣਾ ਵੀ ਬੈਨੀਫਿਟ ਹੋਊਗਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਜੇ ਆਪਾਂ ਓਮੇ ਜਾਈਏ ਨਾ ਨਿਮਰਤਾ ਵਿੱਚ ਠੀਕ ਆ ਇਤਿਹਾਸ ਭਰਿਆ ਪਿਆ ਆ ਵੀ ਤਾਂ ਆਪਣਾ ਜਾਣਾ ਵੀ ਸਫਲ ਹੋਊਗਾ ਠੀਕ ਆ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿੰਨ ਸਾਰਿਆਂ ਦਾ ਨਹੀਂ ਕਿਹਾ ਦੇਖ ਠੀਕ ਹੈ ਇਹ ਨਾ ਸੁਣਿਓ ਇਹ ਨਾ ਸੋਚਿਓ ਵੀ ਅਸੀਂ ਸਾਰੀ ਪਰਮਾਨਾ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿੰਨ ਜਿੰਨ ਦਾ ਮਤਲਬ ਕਿ ਥੋੜੇ ਵੀ ਕੋਈ ਕੋਈ ਉਹ ਉਹ ਮਤਲਬ ਜੇ ਨਾ ਜਨਾਂ ਦੇ ਹਨਾ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿੰਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ